ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਮੇਰੇ ਨਾਲ ਲੇਟ ਕੁੱਤੇ ਦਾ ਵੈਰ ਰੱਖਦੀ ਆ ਤੇ ਨੋਂ ਨਾਲ ਵੀ ਇਦਾਂ ਹੀ ਇੱਕ ਅੱਧਾ ਦੇਣੀ ਚੰਗਾ ਘੱਟਦੀ ਆ ਇਹਨੂੰ ਤੇ ਰੋਟੀ ਨਹੀਂ ਹਾਜਮ ਹੁੰਦੀ ਜਿੰਨਾ ਚਿਰ ਇਹ ਕਿਸੇ ਨਾਲ ਸਿੰਗਣਾ ਫਸਾ ਲੇ ਇੱਕ ਦਿਨ ਨਾ ਵਿਚਾਰਾ ਭੋਲਾ ਆ ਜੇ ਕਿਤੇ ਘਰ ਦੀ ਇਹਦੀ ਸਟੈਟ ਲੱਗੀ ਨਾ ਫਿਰ ਸੱਸ ਦੀ ਰੇਲ ਬਣਾ ਦੇਗੀ ਵਿਮਨੋਕਾ ਟੋਕੀ ਕਰਾਂ ਕਿਉਂ ਨਾ ਮੈਂ ਇਸ ਘਰ ਦੀ ਮਾਲਕਣ ਆ ਤੇ ਤੂੰ ਸਹੀ ਤਰੀਕੇ ਨਾਲ ਕੰਮ ਕਰ ਮੇਰੇ ਧੀ ਜਵਾਈ ਆਉਣ ਵਾਲੇ ਨੇ ਮੁੜ ਕੇ ਉਹਨਾਂ ਵਾਸਤੇ ਰੋਟੀ ਟੋਕ ਵੀ ਕਰਨਾ ਆ ਕੰਮ ਚੋਰ ਨਹੀਂ ਨਾ ਹੋਵੇ ਤੇ ਕਿਸੇ ਥਾਂ ਦੀ ਨਾ ਮੰਮੀ ਤੂੰ ਇਹ ਗੱਲ ਗੱਲ ਤੇ ਕੀ ਮਾਰ ਕਰਨ ਮਾਰ ਕਰਨ ਲਈ ਰੱਖਦੇ ਜੇ ਨੀ ਤੂੰ ਬੋਲਦੀ ਕਿਦਾਂ ਅਕਲ ਦੀ ਆਈ ਤੇਰੀ ਮਾਂ ਨੇ ਤੈਨੂੰ ਇਹੋ ਮਤ ਦਿੱਤੀ ਆ ਮੰਮੀ ਮੈਂ ਆਪਣੀ ਮਾਂ ਦੀ ਮਤ ਕਰਕੇ ਇੰਨੇ ਦਿਨਾਂ ਦੀ ਚੋਪਾਂ ਪਰ ਤੁਸੀਂ ਤਾਂ ਦਿਨੋਂ ਦਿਨ ਹੀ ਮੇਰੇ ਸਿਰ ਤੇ ਚੜਦੇ ਜਾਂਦੇ ਜੇ ਭੈਣ ਵੀ ਆਉਣੇ ਵਾਲੀ ਆ ਤੇ ਜਿਹੜਾ ਅੱਜ ਘਰ ਦੇ ਵਿੱਚ ਹੰਗਾਮਾ ਹੋਇਆ ਨਾ ਮੰਮੀ ਨੇ ਉਹ ਸਾਰੀ ਗੱਲ ਭੈਣ ਨੂੰ ਦੱਸਣੀ ਦੱਸਣੀ ਆ ਤੇ ਭਾਈ ਦੇ ਸਾਹਮਣੇ ਪਤਾ ਨਹੀਂ ਹੁਣ ਕਿਹੜਾ ਨਵਾਂ ਹੀ ਕਲੇਸ਼ ਪਿਆ ਜਾਣਾ ਆ ਇਹਨਾਂ ਨੇ ਵੀ ਅੱਜ ਹੀ ਆਉਣਾ ਸੀ ਲੱਗਦਾ ਮੇਰਦੀ ਆ ਗਈ ਐ ਸੱਸ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਜੀ ਹਾਂਜੀ ਹੋਰ ਤੋਂ ਇਸ ਨਾ ਠੀਕ ਠਾਕ ਹਾਂਜੀ ਠੀਕ ਠਾਕ ਹੋਰ ਸਭ ਘਰ ਠੀਕ ਠਾਕ ਜੀ ਹਾਂਜੀ ਠੀਕ ਠਾਕ ਨਾ ਹੋਣੇ ਨਹੀਂ ਲੱਭਦੇ ਬੇ ਉਹ ਪੁੱਤ ਪਿਆਲੀ ਚ ਗਏ ਜੇ ਅੱਛਾ ਜੀ ਤੁਸੀਂ ਅੰਦਰ ਜਾ ਕੇ ਬੈਠ ਜਾਓ ਮੈਂ ਵੀ ਰੇਹ ਨੂੰ ਫੋਨ ਕਰਨੀ ਆਪੇ ਆ ਜਾਂਦੀ ਠੀਕ ਠੀਕ ਚਲ ਆ ਜਾ ਪੁੱਤ ਬਹਿ ਜਾ ਇੱਥੇ ਮੰਮੀ ਭਾਬੀ ਕਿੱਥੇ ਆ ਦੇਖਦੇ ਨਹੀਂ ਕਿਤੇ ਕੀ ਦੱਸਾਂ ਪੁੱਤ ਉਹ ਮਾਰਾ ਨਹੀਂ ਅੰਦਰ ਹੀ ਹੋਣੀ ਹੋਰ ਕਿੱਥੇ ਜਾਣਾ ਉਹਨੇ ਮੰਮੀ ਮੈਂ ਇਹ ਤੇ ਉੱਪਰ ਵੀ ਆਨ ਨੂੰ ਹੋ ਗਿਆ ਤੇ ਅਜੇ ਤੱਕ ਅੰਦਰੋਂ ਬਾਹਰੋਂ ਨਿਕਲਦੇ ਪੁੱਤ ਮੈਂ ਤੇਰੇ ਕਹਨ ਤੇ ਬੜੀ ਖੇਚ ਕੇ ਰੱਖੀ ਮੈਂ ਤੇ ਕੰਮ ਧੰਦੇ ਵੀ ਲਾਤੀ ਸੀ ਪਰ ਅੱਜ ਉਹਨੇ ਜੋ ਮੇਰੇ ਨਾਲ ਕੀਤਾ ਉਹ ਤੇ ਹਾਦੀ ਹੋ ਗਈ ਮੰਮੀ ਕੀ ਕੀਤਾ ਉਹਨਾਂ ਨੇ ਤੁਹਾਡੇ ਨਾਲ ਮੈਨੂੰ ਦੱਸੋ ਸਹੀ ਇੱਕ ਵਾਰ ਪੁੱਤ ਕਹਿਣ ਸੁਣਦੀ ਤੇ ਕੋਈ ਗਾਲੀ ਨਾ ਕਰ ਇੱਕ ਬਸ ਉਹਨੇ ਮੇਰੇ ਮੂੰਹ ਤੇ ਚਪੇੜ ਨਹੀਂ ਮਾਰੀ ਹੋਰ ਤੇ ਕੋਈ ਕਸਰ ਨਹੀਂ ਛੱਡੀ ਉਹਨੇ ਅੱਛਾ ਮੰਮੀ ਉਹਦੀ ਇੰਨੀ ਹਿੰਮਤ ਕੱਲ ਵੀ ਆ ਕੇ ਆਈ ਤੇ ਅੱਜ ਇੰਨਾ ਬੋਲਣ ਲੱਗ ਪਈ ਤੇ ਹੋਰ ਕੀ ਪੁੱਤ ਮੈਂ ਤੇ ਬੱਸ ਇਹਨੂੰ ਪੋਚਾ ਮਾਰਦੀ ਨੂੰ ਇੰਨੀ ਗੱਲ ਹੀ ਕਹੀ ਵੀ ਚੰਗੀ ਤਰ੍ਹਾਂ ਪੋਚਾ ਮਾਰ ਤੇ ਅੱਗੋਂ ਮੈਨੂੰ ਕਹਿੰਦੀ ਮੈਂ ਤੇ ਆਪਣੇ ਮਾਂ ਦੇ ਕਹਿਣ ਤੇ ਅੱਜ ਤੱਕ ਚੁੱਪ ਰਹੀ ਆ ਨਹੀਂ ਤੇ ਮੈਂ ਤਾਂ ਇਹਨੂੰ ਕਦੋਂ ਦੀ ਮੱਤ ਦੇ ਦਿੰਦੀ ਤੇ ਮੰਮੀ ਨਾ ਵੀਰ ਕਿੱਥੇ ਸੀ ਪੁੱਤ ਉਹ ਵੀ ਘਰ ਹੈ ਹੀ ਇਹਦੇ ਨਾਲ ਹੀ ਖੜਾ ਹੋਗਾ ਮੈਂ ਇਹਨੂੰ ਆਖਿਆ ਨਾ ਵੇਖ ਲੈ ਕਿਦਾਂ ਮੇਰੇ ਅੱਗੋਂ ਬੋਲਦੀ ਆ ਉਹ ਤੇ ਕੁਝ ਮੈਨੂੰ ਬੋਲਿਆ ਨਹੀਂ ਤੇ ਇਹ ਅੱਗੋਂ ਮੈਨੂੰ ਕਹਿੰਦੀ ਤੂੰ ਹੀ ਨਾ ਨਸੀਰੀਆਂ ਵਾਂਗ ਸਲੂਕ ਕਰਦੇ ਜੀ ਮੰਮੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਵੀ ਉਹ ਇੰਨਾ ਬੋਲਦੀ ਹੋਵੇਗੀ। ਪੁੱਤ ਨਹੀਂ ਯਕੀਨ ਤਾਂ ਯਕੀਨ ਕਰ ਲਾ। ਮੇਰੇ ਨਾਲ ਬਾਹ ਕੱਢ-ਕੱਢ ਕੇ ਲੜੀ ਸੀ। ਅਜੇ ਇਹਦੀ ਮਾਂ ਕਹਿੰਦੀ ਮੇਰੇ ਧੀ ਨੂੰ ਤਾਂ ਜ਼ੁਬਾਨ ਹੀ ਨਹੀਂ ਲੱਗੀ। ਹਾਂਜੀ ਮੰਮੀ ਪਹਿਲਾਂ ਤਾਂ ਸਾਰੇ ਇਦਾਂ ਹੀ ਕਹਿੰਦੇ ਹੁੰਦੇ ਆ ਪਰ ਪਤਾ ਤੇ ਫੇਰ ਲੱਗਦਾ ਆ ਜਦੋਂ ਕੋਈ ਆਪਣੇ ਅਸਲੀ ਰੰਗ ਵਿਖਾਉਣ ਲੱਗ ਪੈਂਦਾ। ਪੁੱਤ ਮੈਨੂੰ ਤਾਂ ਇੰਨੀ ਵੀ ਨਹੀਂ ਆਸ ਵੀ ਉਹ ਤੁਹਾਡੇ ਵਾਸਤੇ ਚਾਹ ਪਾਣੀ ਵੀ ਬਣਾਏਗੀ ਕਿ ਨਹੀਂ। ਮੰਮੀ ਮੇਰੀ ਤਾਂ ਚਲੋ ਖੈਰਸਲਾ ਪਰ ਇਹ ਵੀ ਮੇਰੇ ਨਾਲ ਆਏ ਆ। ਇਹ ਤਾਂ ਮੈਨੂੰ ਅੱਗੇ ਗੁੱਸੇ ਹੁੰਦੇ ਆ ਵੀ ਤੁਸੀਂ ਦੋਵੇਂ ਮਾਵਾਂ ਤਿਆਂ ਆਪਣੀ ਭਝਾਈ ਨੂੰ ਤੰਗ ਕਰਦੀਆਂ ਰਹਿੰਦੀਆਂ ਪਤਾ ਇਹਨੂੰ ਕਾਦਾ ਇਨਾ ਇਹ ਜੜਿਆ ਇਹਦਾ ਕੀ ਪਤਾ ਮੰਮੀ ਮੈਨੂੰ ਲੱਗਦਾ ਦੀਦੀ ਹੁਣੀ ਬਾਹਰ ਆ ਗਈ ਆ ਚੱਲ ਦੇਖਦੀਆਂ ਜਾ ਕੇ ਨਹੀਂ ਤੇ ਫਿਰ ਨਾਮ ਨੇ ਬੋਲਣਾ ਆਪਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਦੋਂ ਆਏ ਫਿਰ ਤੁਸੀਂ ਹੁਣੇ ਆਏ 10 ਮਿੰਟ ਹੋ ਗਏ ਜੀ ਠੀਕ ਹੈ ਤੁਸੀਂ ਬੈਠੋ ਇੱਥੇ ਮੈਂ ਤੁਹਾਡੇ ਤੇ ਪਾਣੀ ਲੈ ਕੇ ਆਉਣੀ ਆ ਠੀਕ ਠੀਕ ਹੈ ਸਤਿ ਸ਼੍ਰੀ ਅਕਾਲ ਦੀਦੀ ਸਾਸਰੀ ਘਰ ਹੋਰ ਦੀਦੀ ਕੀ ਹਾਲ ਹੈ ਤੁਹਾਡਾ ਠੀਕ ਆ ਚਲੋ ਬੈਠੋ ਤੁਸੀਂ ਮੈਂ ਤੁਹਾਡੇ ਤੇ ਪਾਣੀ ਲੈ ਕੇ ਆਉਣੀ ਆ ਲੈ ਆਓ ਇਹ ਫੇਰ ਵੇਲਾ ਕਿਦਾਂ ਬੋਲਣ ਦੀ ਇਹਨਾਂ ਨੂੰ ਘਰੋਂ ਸਮਝਾ ਕੇ ਵੀ ਲੈ ਆਇਆ ਹੈ ਪਰ ਉੱਥੇ ਚੱਜਣਾ ਬੋਲਣੀ ਇਹਨੂੰ ਫੇਰ ਨਹੀਂ ਲੱਗੀ ਮੰਮੀ ਬੰਦੇ ਦੀ ਧੀ ਤੇ ਇਹਨੂੰ ਮੈਂ ਅੱਜ ਹੀ ਬਣਾਦਾ ਉਹ ਵੇਖੋ ਮੇਰੇ ਵੱਲ ਕਿਦਾਂ ਵੇਖਾਂਦੇ ਡਰ ਤੇ ਮੈਨੂੰ ਇੰਨਾ ਦਾ ਆ ਚਲ ਕੋਈ ਗੱਲ ਨਹੀਂ ਪੁੱਤ ਆ ਹੁਣ ਆਪਾਂ ਅੰਦਰ ਜਾ ਕੇ ਬੈਠਨੇ ਆ ਬਾਹਰ ਤੇ ਕੰਧਾਂ ਦੇ ਵੀ ਕੰਨ ਹੁੰਦੇ ਐਵੇਂ ਕੋਈ ਸਾਡੀ ਗੱਲ ਸੁਣ ਲੂਗਾ ਚਲੋ ਠੀਕ ਆ ਮੰਮੀ ਜੀ ਹੋਰ ਪੁੱਤ ਸੱਸ ਸਹੁਰਾ ਠੀਕ ਹੀ ਤੇਰੇ ਘਰੇ ਹਾਂਜੀ ਠੀਕ ਹੀ ਅੱਛਾ ਆਲੋ ਕੇਤੀਜੀ ਪਾਣੀ ਆਲੋ ਪਾਜੀ ਪਾਣੀ ਲਓ ਜੀ ਕਿੰਨ ਵਿਚਾਰੀ ਕਿੰਨੀ ਚੰਗੀ ਆ ਪਰ ਪਤਾ ਨਹੀਂ ਇਹ ਮਾਵਾਂ ਧੀਆਂ ਨੂੰ ਵੇਖ ਕੇ ਕਿਉਂ ਨਹੀਂ ਜਰਦੀਆਂ ਅੱਜ ਜੇ ਕੋਈ ਇਹਨੇ ਇੱਥੇ ਗਲਤ ਕੀਤਾ ਨਾ ਇਹਦੇ ਮੈਂ ਇੱਥੇ ਖੜਕਾ ਦੇਣੀਆਂ ਨੇ ਗੱਡੀ ਘਲੋਤੀ ਆ ਬਾਹਰ ਮੈਨੂੰ ਲੱਗਦਾ ਭੈਣ ਨੂੰ ਆ ਗਏ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਭੈਣ ਸਭ ਘਰੇ ਠੀਕ ਠਾਕ ਆ? ਹਾਂ ਜੀ ਵੀਰੇ ਠੀਕ ਠਾਕ ਤੇ ਕਦੋਂ ਕਦੇ ਆਏ ਜੇ ਫਿਰ ਹੋਗੀ 10 ਕ ਮੰਡ ਵੀਰੇ ਠੀਕ ਆ ਭਾਈ ਜਿੱਥੇ ਜਾਦਾ ਅੰਦਰ ਬੈਠੇ ਆ ਅਚ ਅੰਦਰ ਆ ਚਲੋ ਠੀਕ ਆ ਤੁਸੀਂ ਮਾਰੋ ਗੱਲਾਂ ਵਿੱਚ ਆਇਆ ਭਾਈ ਕੋ ਹੋ ਗੇ ਠੀਕ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਨਵ ਹੋਰ ਕੀ ਹਾਲ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਜੇ ਵਧੀਆ ਵਧੀਆ ਹੋਰ ਸੁਣਾ ਸੇ ਤਾਂ ਠੀਕ ਠਾਕ ਹਾਂ ਜੀ ਸਭ ਵਧੀਆ ਹੋਰ ਫਿਰ ਨਵ ਫਸਲ ਠੀਕ ਹੋਈ ਯਾਰ ਕਾ ਹਾਂ ਜੀ ਪਾਜੀ ਫਸਲ ਤੇ ਬਹੁਤੀ ਵਧੀਆ ਹੋਈ ਯਾਰ ਕਾਂ ਫਿਰ ਦੀਦੀ ਜੀ ਅੰਦਰ ਹੀ ਆਜੋ ਆਪਾਂ ਸਾਰੇ ਇਕੱਠੇ ਬੈ ਕੇ ਚਾਹ ਪੀ ਲੈਣੇ ਆ ਚਲੋ ਜੀ ਵੇਹ ਲੋ ਭਾਜੀ ਠੰਡ ਵੀ ਦੇਣਾ ਚੀ ਆ ਗਈ ਆ ਹਾਂ ਨਾ ਬੇ ਠੰਡ ਬਹੁਤ ਹੁੰਦੀ ਆ ਹਾਂ ਮੇਰਾ ਵੀ ਨਾ ਕੱਲ ਬਸ ਤਾਂ ਸਰੀਰ ਜਾਨੀ ਸੈਟ ਹੈਗਾ ਤੇ ਮੈਂ ਵੀ ਦਵਾਈ ਲੈ ਕੇ ਆਇਆ ਅੱਜ ਕਾਮ ਦਾ ਸਾਹਮਣੇ ਕਿੰਨਾ ਆਵਾਜ਼ ਭਾਰੀ ਹੋਈ ਜਾ ਮੇਰੀ ਦਵਾਈ ਲੈ ਚੰਗੀ ਤਰ੍ਹਾਂ ਹਾਂਜੀ ਹਾਂਜੀ ਆਈ ਹੋਏ ਕਿਹੇ ਕੰਮ ਦੀ ਚਾਹ ਨਹੀਂ ਬਣਾਈ ਇਧਰ ਆਨੇ ਕਿੰਨੇ ਘਾਲਸਾਂ ਮੇਰੀ ਹਾਂਜੀ ਮੰਮੀ ਆਈ ਹਾਂਜੀ ਮੰਮੀ ਦੱਸੋ ਹਾਂਜੀ ਦੀਏ ਕੁਝ ਲੱਗਦੀ ਐ ਆ ਚਾਹ ਕਿਦਾਂ ਦੀ ਬਣਾਈ ਆ ਤੈਨੂੰ ਪਤਾ ਹੀ ਮੇਰੇ ਧੀ ਜਵਾਈ ਆਏ ਆ ਤੂੰ ਚਾਹ ਜੱਜ ਦੀ ਬਣਾ ਲਾ ਆ ਤੱਤਾ ਪਾਣੀ ਕਰਕੇ ਮੱਥੇ ਮਾਰਿਆ ਈ ਤੱਤਾ ਪਾਣੀ ਨਹੀਂ ਮੰਮੀ ਜੀ ਮੈਂ ਤਾਂ ਸਗੋਂ ਲੌਂਗ ਲਾਚੀਆਂ ਪਾ ਕੇ ਚਾਹ ਬਣਾਈ ਆ ਮੈਨੂੰ ਤਾਂ ਕਿਤੇ ਨਹੀਂ ਲੱਭਦੀਆਂ ਲੌਂਗ ਲਾਚੀਆਂ ਪਾਈਆਂ ਤੇਰੀ ਮਾਂ ਨੇ ਤੈਨੂੰ ਇਹੋ ਚਾਹ ਜਸਕਾਇਆ ਈ ਯਾਰ ਚਾਹ ਤਾਂ ਬਹੁਤ ਸੁਆਦ ਐ ਪਰ ਮੰਮੀ ਨੂੰ ਪਤਾ ਨਹੀਂ ਕਿਉਂ ਨਹੀਂ ਸੁਆਦ ਲੱਗੀ ਆ ਮੰਮੀ ਵਾਲੀ ਵੀ ਨਾ ਹਾਦੀ ਹੋ ਗਈ ਆ ਕਿਸੇ ਦੇ ਆਏ ਗਏ ਤੋਂ ਵੀ ਜਲੂਸ ਕੱਢਣ ਹੋਣੀ ਹਟਦੇ ਜਾਲਾ ਜਾ ਕੇ ਪਰੋਕੇ ਤੇ ਜਾ ਕੇ ਵਧੀਆ ਜੀ ਚਾਹ ਬਣਾ ਕੇ ਲਿਆ ਠੀਕ ਹੈ ਮੰਮੀ ਜੀ ਰਹਿਣ ਤਾਂ ਮੰਮੀ ਜੀ ਦੁਬਾਰਾ ਕਿਉਂ ਚਾਹ ਬਣਾਉਣੀ ਆ ਸਾਰਿਆਂ ਪੀਤ ਲਈ ਆ ਬਹੁਤ ਧੀਆ ਚਾਹ ਬਣੀ ਵੇ ਨਹੀਂ ਪੁੱਤ ਕਿਹੇ ਕੰਮ ਦੀ ਚਾਹ ਨਹੀਂ ਬਣਾਈ ਇਹਨੇ ਦੁਬਾਰਾ ਬਣਾ ਲੈਂਦੇ ਇਹਨੂੰ ਨਹੀਂ ਮੰਮੀ ਜੀ ਚਾਹ ਬਹੁਤ ਸਵਾਦ ਬਣੀ ਆ ਤੁਹਾਡੀ ਧੀ ਨੂੰ ਤਾਂ ਇਹੋ ਜਿਹੀ ਹੀ ਬਣਾਉਣੀ ਆਂਦੀ ਜੇ ਮੈਂ ਤੁਹਾਡੇ ਵਾਂਗ ਕਰਨ ਲੱਗਾ ਮੈਂ ਤਾਂ ਫਿਰ ਰੋਜ਼ ਚਾਹ ਦੇ ਕੱਪ ਡੋਲਦਾ ਫੜਾ ਇਹ ਤਾਂ ਬਸ ਹਰ ਵੇਲੇ ਮੇਰੇ ਦਿਵਾਲੇ ਹੋਏ ਰਹਿੰਦੇ ਆ ਤੂੰ ਮੇਰੇ ਨਾਲ ਇੰਨਾ ਔਖਾ ਨਾ ਵੇਖ ਮੈਂ ਤੈਨੂੰ ਘਰੋਂ ਸਮਝਾ ਕੇ ਲਿਆ ਹਾਂ ਪਰ ਤੈਨੂੰ ਮੇਰੀ ਗੱਲ ਸਮਝ ਨਹੀਂ ਲੱਗੀ ਪੁੱਤ ਤੂੰ ਸਾਡੇ ਘਰ ਦੀ ਲੜਾਈ ਕਰਕੇ ਕੁੜੀ ਨਾਲ ਕਿਉਂ ਲੜਨ ਡਿਆ ਵਾ ਮੰਮੀ ਜੀ ਇਹ ਲੜਾਈ ਤੇ ਤੁਹਾਡੇ ਘਰ ਦੀ ਹੈ ਪਰ ਸ਼ੁਰੂ ਮੇਰੇ ਘਰ ਤੋਂ ਹੁੰਦੀ ਹੈ ਆਪਣੇ ਘਰ ਤੋਂ ਲੜਾਈ ਸ਼ੁਰੂ ਹੁੰਦੀ ਹੈ ਜੀ ਮੈਨੂੰ ਕੋਈ ਸਮਝ ਨਹੀਂ ਲੱਗੀ ਤੈਨੂੰ ਕਿੱਥੋਂ ਸਮਝਾਉਣੀ ਹੈ ਹੁਣ ਵੇਖੋ ਮੰਮੀ ਜੀ ਮੈਂ ਬਹੁਤ ਦੇਰ ਦਾ ਚੋਪਿਆ ਪਰ ਹੁਣ ਮੇਰੇ ਸਿਰ ਤੋਂ ਪਾਣੀ ਲੰਘ ਗਿਆ ਮੈਂ ਇਹਨੂੰ ਤੁਹਾਡੇ ਨਾਲ ਕਈ ਵਾਰੀ ਗੱਲਾਂ ਕਰਦੇ ਆ ਸੁਣਿਆ ਮੈਨੂੰ ਲੱਗਦਾ ਇਹ ਹੁਣ ਤੁਹਾਡੀ ਦੋਵਾਂ ਮਾਵਾਂ ਧੀਆਂ ਦੀ ਬੇਇੱਜ਼ਤੀ ਕਰਕੇ ਹੀ ਹਟੂਗਾ ਕੀ ਸੁਣਿਆ ਜੀ ਤੁਸੀਂ ਐਵੇਂ ਬੋਲੀ ਜਾਂਦੇ ਹੋ ਮਾੜੀ ਮੋਟੀ ਅਗਲ ਨੂੰ ਹੱਥ ਮਾਰ ਜੋ ਮੈਂ ਸੁਣਿਆ ਨਾ ਜੇ ਇਹਨਾਂ ਨੂੰ ਮੈਂ ਦੱਸ ਦਿੱਤਾ ਤਾਂ ਤੂੰ ਇੱਥੇ ਆਉਣ ਜੋਗੀ ਨਹੀਂ ਰਹਿਣਾ ਹੈ ਇਹੋ ਜਿਹਾ ਪਤਾ ਨਹੀਂ ਭੈਣ ਨੇ ਕੀ ਬੋਲੇ ਹੋਣਾ ਫੋਨ ਤੇ ਜਿਹੜਾ ਭਈਆ ਇੰਨਾ ਗੁੱਸੇ ਵਿੱਚ ਆ ਬੱਸ ਕਰ ਪੁੱਤ ਤੁਹਾਡਾ ਜਵਾਈ ਆ ਇੰਨਾ ਗੁੱਸੇ ਚ ਨਾ ਆਪਾਂ ਆਮ ਨਾਲ ਗੱਲ ਕਰਦੇ ਆ ਲੋਕੀ ਕੰਧਾਂ ਤੇ ਚਰਚਾ ਸੁਣਦੇ ਆ ਭਾਜੀ ਆਖਰ ਗੱਲ ਕੀ ਹੋਈ ਆ ਤੁਸੀਂ ਮੈਨੂੰ ਰ ਦੱਸੋ ਕੁਝ ਨਾ ਵਾ ਤੂੰ ਬੜਾ ਭੋਲਾ ਜੋ ਤੂੰ ਖੇਤ ਚੱਲ ਜਾਂਦਾ ਨਾ ਤੇਰੇ ਮਗਰੋਂ ਮੰਮੀ ਕਿੰਨੂੰ ਸਿੱਧੇ ਮੂੰਹ ਨਹੀਂ ਬੋਲਦੇ ਨਵ ਕਿੰਨ ਵਾਲੀ ਵੀ ਨਾ ਉਹਨੇ ਕੁਝ ਨਹੀਂ ਬੋਲਣਾ ਉਹ ਤਾਂ ਡਰਦੀ ਐ ਨਾ ਮਾਵਾਂ ਤੇ ਆ ਕੋਲ ਵੇਖੋ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਚੁੱਪ ਕਰ ਜਾਓ ਵੇਖ ਮੈਂ ਤੈਨੂੰ ਅਦਰ ਕਿੰਨਾ ਸਮਝਾਇਆ ਸੀ ਵੀ ਕਿੰਨ ਦੇ ਖਿਲਾਫ ਤੂੰ ਮੰਮੀ ਦੇ ਨਾਲ ਕੋਈ ਗੱਲ ਨਾ ਕਰ ਪਰ ਤੂੰ ਨਹੀਂ ਸਮਝਦੀ ਮੇਰੀ ਗੱਲ ਨੂੰ ਵੇਖੋ ਜੀ ਮੈਂ ਤਾਂ ਕੁਝ ਬੋਲੀ ਵੀ ਨਹੀਂ ਆ ਮੰਨਿਆ ਤੂੰ ਨਹੀਂ ਬੋਲੀ ਪਰ ਮੰਮੀ ਨੇ ਤਾਂ ਕਿੰਨ ਦੇ ਸਾਹਮਣੇ ਬੇਇੱਜ਼ਤੀ ਕੀਤੀ ਐ ਨਾ ਤੂੰ ਮੰਮੀ ਨੂੰ ਰੋਕ ਨਹੀਂ ਸਕਦੀ ਤੇ ਮੰਮੀ ਜੇ ਮੈਂ ਤੁਹਾਡੀ ਧੀ ਨਾ ਇਹਦਾ ਕਰਾਂ ਤਾਂ ਫਿਰ ਰੈਂ ਤੋਂ ਪਾਜੀ ਤੂੰ ਮੇਰੇ ਕਰਕੇ ਮੰਮੀ ਜੀ ਨੂੰ ਕੁਝ ਨਾ ਬੋਲੋ ਆ ਵੇਹਲਾ ਤੂੰ ਕਿੰਨਾ ਮਾੜਾ ਕਰਦੀਆਂ ਜੇ ਕਿੰਨਾ ਪਰ ਉਹਦੀ ਕਿੰਨੀ ਚੰਗੀ ਸੋਝ ਆ ਉਹ ਫੇਰ ਵੀ ਮੈਨੂੰ ਚੁੱਪ ਰਹਿਣ ਵਾਸਤੇ ਕਹਿਣ ਧੀਏ ਮੈਨੂੰ ਲੱਗਦਾ ਭੈਣ ਹੋਣੀ ਆਈ ਨਹੀਂ ਬਾਹਰ ਗੱਡੀ ਖਲੋਤੀ ਆ ਉਹਨਾਂ ਦੀ ਤੇ ਅੰਦਰ ਕਾਦਾ ਰੌਲਾ ਪਈ ਜਾਂਦਾ ਵਾ ਸਾਸਰੀ ਘਰ ਭੈਣ ਸਾਸਰੀ ਘਰ ਸਾਸਰੀ ਘਰ ਪਾਜੀ ਮੰਮੀ ਕੀ ਗੱਲ ਹੋ ਗਈ ਤੁਸੀਂ ਕਾਦਾ ਰੌਲਾ ਪਾਇਆ ਮੰਮੀ ਕੋਲ ਕੀ ਪੁੱਛਦਾ ਮੇਰੇ ਕੋਲ ਪੁੱਛ ਤੂੰ ਹੀ ਦੱਸ ਦੋ ਭਾਜੀ ਕਾਦਰ ਰੋਲਾ ਪਾਇਆ ਸੀ ਬਿਕੇ ਰੋਲਾ ਹੀ ਨਹੀਂ ਪਾਇਆ ਰੋਲਾ ਤੇ ਨਹੀਂ ਮੰਮੀ ਨੇ ਤੇ ਤੇਰੀ ਭੈਣ ਨੇ ਪਾਇਆ ਭਾਜੀ ਮੈਨੂੰ ਕੁਝ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਇੱਕ ਮਿੰਟ ਰੁਕ ਜਾਓ ਤੁਸੀਂ ਆਪਣੀ ਲੜਾਈ ਜਿਹੜੀ ਹੈ ਨਾ ਬਾਅਦ ਚੋਂ ਕਰ ਲਿਓ ਕਿਰਨ ਇਦਾਂ ਕਰ ਪਹਿਲਾਂ ਭਾਂਡੇ ਚੁੱਕ ਤੇ ਜਾ ਰਸੋਈ ਦੇ ਵਿੱਚ ਰੱਖਿਆ ਠੀਕ ਹੈ ਨਾ ਬਿਕੇ ਇੰਨਾ ਨਿਆਣਾ ਤੂੰ ਵੀ ਨਹੀਂ ਹੈਗਾ ਤੂੰ ਵੀ ਇਸੇ ਘਰ ਚ ਰਹਿਣਾ ਤੈਨੂੰ ਸਭ ਪਤਾ ਘਰ ਦੇ ਵਿੱਚ ਕੀ ਕੀ ਹੋਣ ਡਿਆ ਭਾਜੀ ਮੈਨੂੰ ਕੁਝ ਨਹੀਂ ਪਤਾ ਬਾਕੀ ਘਰ ਵਿੱਚ ਸਾਰੇ ਵਧੀਆ ਰਹਿੰਦੇ ਆ ਲੜਾਈ ਵਾਲੀ ਤੇ ਕੋਈ ਗੱਲ ਹੀ ਨਹੀਂ ਸੱਚ ਮੈਨੂੰ ਤਾਂ ਵਿੱਕੇ ਚੇਤਾ ਹੀ ਭੁੱਲ ਗਿਆ ਤੂੰ ਵੀ ਡਿਊਟੀ ਚੱਲ ਜਾਣਾ ਤੇਰੇ ਮੰਗਰ ਮਮਮੀ ਕਿੰਨ ਨਾਲ ਨੌਕਰਾਂ ਨੂੰ ਸਲੂ ਕਰਦੀ ਆ ਨਹੀਂ ਨਹੀਂ ਭਾਜੀ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋ ਗਈ ਆ ਮਮਮੀ ਤੇ ਭਾਬੀ ਨੂੰ ਕੋਈ ਕੰਮ ਹੀ ਨਹੀਂ ਕਹਿੰਦੇ ਸਗੋਂ ਮੈਂ ਉਹਨਾਂ ਨੂੰ ਇੱਕ ਦਿਨ ਕਿਹਾ ਕਿ ਤੂੰ ਹੀ ਭਾਬੀ ਨੂੰ ਕੋਈ ਕੰਮ ਕਹਿ ਦਿਆ ਕਰੋ ਤੇ ਮਮਮੀ ਮੈਨੂੰ ਕਹਿੰਦੀ ਕਿ ਉਹਦਾ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਉਹਦਾ ਵਿਚਾਰੀ ਦਾ ਚੂੜਾ ਖਰਾਬ ਹੋ ਜਾਊਗਾ ਸਾਰੀ ਉਮਰ ਕੰਮ ਕਰਨ ਨੂੰ ਪਈ ਆ ਤੇ ਮੈਂ ਉਹਨੂੰ ਕੋਈ ਕੰਮ ਨਹੀਂ ਕਹਿਣਾ ਉਹ ਵੇਖੇ ਕਿਦਾਂ ਦੀਆਂ ਗੱ ਕਿ ਮੰਮੀ ਕਿਰਨ ਕੋਲ ਕੋਈ ਕੰਮ ਨਹੀਂ ਕਰਾਉਂਦੇ ਉਹਦੇ ਸਾਰੀ ਰਸੋਈ ਦੀ ਸਫਾਈ ਵੀ ਕਿਰਨ ਕੋਲੋਂ ਕਰਾਉਂਦੇ ਰਹੇ ਘਰ ਦੇ ਕੰਮ ਕਰਨੇ ਹੁੰਦੇ ਆ ਇਹਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਨੂੰ ਇਤਰਾਜ਼ ਇਸ ਗੱਲ ਦੇ ਵਿੱਚ ਆ ਕਿ ਮੰਮੀ ਜਿਹੜੇ ਹਨਾ ਉਹ ਕਿਰਨ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਉਹ ਵੀਰ ਮੈਂ ਤਾਂ ਕਦੀ ਮੰਮੀ ਨੂੰ ਵੇਖਿਆ ਨਹੀਂ ਭਾਬੀ ਨਾਲ ਮਾੜਾ ਬੋਲਦੇ ਆ ਉਹ ਵਿਕੇ ਤੂੰ ਘਰ ਨਹੀਂ ਨਾ ਹੁੰਦਾ ਤੂੰ ਤਾਣੇ ਸੁਣਿਆ ਉਹ ਉਦੋਂ ਬੋਲਦੇ ਆ ਮੈਂ ਤਾਂ ਬਥੇਰੀ ਵਾਰੀ ਸੁਣਿਆ ਆ ਦੇਖੋ ਜੀ ਤੁਸੀਂ ਹੁਣ ਬਹੁਤੀ ਗੱਲ ਨਾ ਬੰਦਾਓ ਇਹ ਆਪੇ ਆਪਣੇ ਘਰ ਦਾ ਫੈਸਲਾ ਕਰ ਲੈਣਗੇ ਚਲ ਠੀਕ ਆ ਫਿਰ ਮੈਂ ਨਹੀਂ ਬੋਲਦਾ ਤੇਰਾ ਫੈਸਲਾ ਵੀ ਇਹ ਆਪ ਹੀ ਕਰ ਮੇਰਾ ਫੈਸਲਾ ਜੀ ਮੈਂ ਕੀ ਕਿਹਾ ਆ ਤੂੰ ਕੀ ਕਿਹਾ ਕੀ ਨਹੀਂ ਕਿਹਾ ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਹਾਈ ਮੈਂ ਮਰ ਜਾ ਇਹ ਹੁਣ ਪਤਾ ਨਹੀਂ ਮੇਰੀ ਧੀ ਦੇ ਨਾਲ ਕੀ ਕਰੇਗਾ ਮੇਰੀ ਸੁਣੋ ਜੀ ਗੱਲ ਅਨਵਕਰ ਬੜਾ ਹੀ ਰੋਲਾ ਪਈ ਜਾਂਦਾ ਆ ਰੋਲਾ ਕੀ ਪੈਣਾ ਆ ਮੈਂ ਸਵੇਰੇ ਕੁੜੀ ਤੇ ਪਰੋਣੇ ਨੂੰ ਆਏ ਨੂੰ ਵੇਖਿਆ ਸੀ ਕੁੜੀ ਤੇ ਪਰੋਣਾ ਆਏ ਨੇ ਤੇ ਭੈਣ ਜੀ ਇੰਨੀ ਉੱਚੀ ਬੋਲੀ ਜਾਂਦੀ ਐ ਇਹ ਪਰੋਣੇ ਦਾ ਲਿਆਜ ਵੀ ਨਹੀਂ ਕਰਦੀ ਉਹਨੇ ਲਿਆਜ ਕੀ ਕਰਨਾ ਅੱਜ ਪਰੋਣਾ ਵੀ ਬੜੀ ਉੱਚੀ ਬੋਲੀ ਜਾਂਦਾ ਸੀ ਮੈਂ ਗੇਟ 'ਚ ਖਲੋਤੇ ਨੇ ਸੁਣਿਆ ਸੀ ਬੋਲਣਾ ਹੀ ਐ ਸਾਰਾ ਕਸੂਰ ਨਵ ਦੀ ਮਾਂ ਦਾ ਆ ਵਿੱਕੇ ਦੇ ਤਾਂ ਸਾਹਮਣੇ ਸਾਹ ਲੈਂਦੀ ਆ ਨਾ ਉਹਦੇ ਨਵਦੀ ਘਰ ਦੀ ਨੂੰ ਵੇਖ ਕੇ ਨਹੀਂ ਜਾਂਦੀ ਹਾਂ ਤਾਂ ਹੀ ਫੇ ਰੋਲਾ ਪੈ ਜਾਂਦਾ ਇਹੋ ਹੀ ਚੱਕਰ ਹੋਣਾ ਆ ਆਪਾਂ ਚੱਲੀਏ ਨਾ ਉਹਨਾਂ ਦੇ ਘਰ ਵੇਖ ਕੇ ਆਈਏ ਭਲਾ ਕੀ ਗੱਲ ਹੋਈ ਆ ਵੇਖ ਲੈ ਉਹ ਹੈ ਬੜੀ ਮੂੰਹ ਜੋਰੀ ਕਿ ਤੇ ਸਾਡੇ ਦੋਵਾਂ ਤੇ ਗਾਲੀ ਨਾ ਪੈ ਜੇ ਵੇਖੀ ਜਾਊਗੀ ਜੋ ਹੋਏਗੀ ਇਹਦੇ ਵਿੱਚ ਹਾਡੀ ਘੱਟ ਤੇ ਉਹਦੀ ਵੱਧ ਵੇਇਸਤੀ ਹੋਣੀ ਆ ਉਹਦਾ ਜਵਾਈ ਕੀ ਕਹੂਗਾ ਕਿ ਮੇਰੀ ਸੱਸ ਇਦਾਂ ਬੋਲਦੀ ਆ ਚੱਲ ਫੇਰ ਚੱਲੀਏ ਪੈਣ ਜੀ ਅਸੀਂ ਸੋਚਿਆ ਕੁੜੀ ਤੇ ਪਰੌਣਾ ਆਏ ਅਸੀਂ ਮਿਲ ਹੀ ਆਈਏ ਤੇ ਕੁੜੀਏ ਤੂੰ ਸਾਨੂੰ ਕਦੀ ਮਿਲਣੀ ਨਹੀਂ ਆਈ ਅਹੀਂ ਤੇਰੇ ਚਾਚੇ ਤਾਇਆ ਕੋ ਬਗਾਨੇ ਥੋੜੀ ਆ ਇਹਨੂੰ ਲੋਤੀਆਂ ਲਾਉਣ ਤੋਂ ਵੇਲ ਮਿਲੇ ਤੇ ਮਿਲਣਾ ਹੋਵੇ ਨਾ ਹੋਰ ਪੁੱਤ ਕਰੇ ਸਭ ਠੀਕ ਠਾਕ ਆ ਨਾ ਹਾਂਜੀ ਚਾਚਾ ਜੀ ਸਭ ਵਧੀਆ ਹੈ ਠੀਕ ਹੈ ਤੇ ਭੈਣ ਜੀ ਤੁਸੀਂ ਸਾਰਿਆਂ ਨੇ ਇਦਾਂ ਮੂੰਹ ਕਿਉਂ ਬਣਾਏ ਆ ਕੀ ਗੱਲ ਹੋਈ ਬੜਾ ਰੋਲਾ ਪਈ ਜਾਂਦਾ ਸੀ ਹਾਂ ਔਖੇ ਮੈਂ ਕੁੜੀ ਨੂੰ ਮਿਲਣ ਆਈ ਆਈ ਤੇ ਸੁਹਾ ਲੈਣੇ ਆ ਹੁਣ ਆਈ ਨਾ ਸਚਾਈ ਜ਼ੁਬਾਨ ਦੇ ਉੱਤੇ ਹਾਂ ਵੇਖੋ ਮਮੋ ਠਗਣੀ ਨਾ ਹੋਵੇ ਤਾਂ ਉਹ ਚਾਚੀ ਆ ਬੁੜੀਆਂ ਦੀਆਂ ਲੜਾਈਆਂ ਕਾਦੀਆਂ ਹੁੰਦੀਆਂ ਆ ਤੁਹਾਨੂੰ ਵੀ ਪਤਾ ਹੀ ਆ ਵੇ ਨਾ ਉਹ ਤੇਰਾ ਕੱਲ ਤੇ ਵਿਆਹ ਹੋਇਆ ਤੇ ਤੁਸੀਂ ਲੜਾਈਆਂ ਕਰਨੀਆਂ ਵੀ ਸ਼ੁਰੂ ਕਰਤੀਆਂ ਉਹ ਚਾਚੀ ਲੜਾਈ ਮੈਂ ਨਹੀਂ ਕਰਦਾ ਲੜਾਈ ਕਿਰਨ ਤੇ ਮੰਮੀ ਦੀ ਹੁੰਦੀ ਆ ਕਿਰਨ ਦੀ ਲੜਾਈ ਕਿਰਨ ਵਿਚਾਰੀ ਤੇ ਬੋਲਦੀ ਨਹੀਂ ਆ ਤੁਸੀਂ ਤਾਂ ਐਵੇਂ ਉਹਦਾ ਨਾਮ ਲਾਈ ਜਾਂਦੇ ਨਹੀਂ ਚਾਚੀ ਜੀ ਕਿਰਨ ਵਿਚਾਰੀ ਤੇ ਬੋਲਦੀ ਨਹੀਂ ਆ ਪਰ ਲੜਾਈ ਜਿਹੜੀ ਆ ਨਾ ਉਹ ਸਿੱਧੀ ਕਿਰਨ ਦੇ ਸੇਰੀ ਪਿਆ ਜਾਂਦੀ ਆ ਵੇ ਨਾ ਗੋਲ ਮੋਲ ਕੀ ਗੱਲਾਂ ਕਰਨਾ ਵਾ ਸਿੱਧਾ ਕਹਦੇ ਹਾਂ ਮੇਰੀ ਮਾਂ ਲੜਦੀ ਆ ਕਿਰਨ ਵਿਚਾਰੀ ਤੇ ਰੱਬ ਦੀ ਭਗਤਣੀ ਆ ਮੰਮੀ ਜੀ ਮੈਂ ਤੁਹਾਡਾ ਕੱਲਿਆਂ ਦਾ ਨਾਂ ਕਦੋਂ ਲਿਆ ਐ ਮੈਂ ਤੁਹਾਡਾ ਦੋਵਾਂ ਦਾ ਨਾਂ ਲੈਣ ਡਿਆ ਬੱਸ ਕਰ ਵੇ ਮੁੰਡਿਆ ਮੈਂ ਕੋਈ ਦੁੱਧ ਪੀਂਦੀ ਬੱਚੀ ਨਹੀਂ ਆ ਜਿਹੜਾ ਮੈਨੂੰ ਸਮਝ ਨਹੀਂ ਆਉਂਦਾ ਮੈਂ ਸਭ ਜਾਣਦੀ ਆ ਤੂੰ ਕਿੱਥੋਂ ਬੋਲਦਾ ਆ ਉਹ ਤੁਹਾਡੇ ਵਾਲੀ ਵੀ ਹਾਦੀ ਹੋ ਗਈ ਆ ਤੁਸੀਂ ਪਰੋਣੇ ਸਾਹਮਣੇ ਵੀ ਨਹੀਂ ਬੋਲਣੋ ਹਟਦੇ ਮੰਮੀ ਜੋ ਵੀ ਹੋ ਗਿਆ ਮਿੱਟੀ ਪਾਓ ਇਸ ਗੱਲ ਤੇ ਰੱਬ ਦਾ ਵਾਸਤਾ ਚੁੱਪ ਹੋ ਜਾਓ ਕਿਉਂ ਮੈਂ ਕਿਉਂ ਚੁੱਪ ਹੋ ਜਾ ਮੈਂ ਇਸ ਘਰ ਦੀ ਮਾਲਕਣ ਆ ਬੱਸ ਚਾਚਾ ਜੀ ਮੇਰਾ ਇਸੇ ਗੱਲ ਤੇ ਰੋਣਾ ਪੈਂਦਾ ਮੰਮੀ ਨਾਲ ਮੰਮੀ ਗੱਲ ਗੱਲ ਤੇ ਇਹੋ ਗੱਲ ਕਹਿੰਦੇ ਆ ਕਿ ਮੈਂ ਇਸ ਘਰ ਦੀ ਮਾਲਕਣ ਆ ਬੈਣ ਹੀ ਤੇਰੇ ਵਾਸਤੇ ਗਲਤ ਗੱਲ ਆ ਕਿ ਇਹਨੂੰ ਸੁਣ ਚ ਕਿਦਾਂ ਲੱਗਦਾ ਹੋਊਗਾ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਨਾਵ ਕਿਰਨ ਦਾ ਵੇਖਾ ਕਿਦਾਂ ਚਿਹਰਾ ਉਤਰਿਆ ਪਿਆ ਆ ਇਹਨੂੰ ਵੇਖ ਕੇ ਤੇ ਲੱਗਦਾ ਨਹੀਂ ਨਵੀਂ ਵਿਆਹੀ ਆ ਇਹਨੂੰ ਵੇਖ ਕੇ ਤੇ ਇਦਾਂ ਲੱਗਦਾ ਜਿਦਾਂ ਇਹਦੇ ਵਿਆਹ ਨੂੰ 8-10 ਸਾਲ ਹੋ ਗਏ ਹੁੰਦੇ ਆ ਨਾਹੀ ਕਿਹੜਾ ਕਿਰਨ ਤੇ ਬੰਬ ਮਾਰਤਾ ਜਿਹੜਾ ਇਹਦਾ ਚਿਹਰਾ ਉਤਰ ਗਿਆ ਵਾ ਚੱਲ ਉੱਠ ਚੱਲੀਏ ਤੇਰੀ ਮਾਂ ਨਹੀਂ ਬਦਲ ਸਕਦੀ ਨਹੀਂ ਜੀ ਅਸੀਂ ਨਹੀਂ ਕਿਤੇ ਵੀ ਜਾਣਾ ਤੁਸੀਂ ਬੈਠੇ ਰਹੋ ਤੂੰ ਇੱਕ ਵਾਰੀ ਕਹਾਂ ਗੱਲ ਸਮਝ ਨਹੀਂ ਆਉਂਦੀ ਚੱਲ ਉੱਠਦਾ ਓ ਪਾਜੀ ਤੁਹਾਡੇ ਵਾਲੀ ਵੀ ਹੱਦ ਹੋ ਗਈ ਆ ਤੁਸੀਂ ਤੇ ਐਵੇਂ ਗੁੱਸਾ ਕਰੀ ਜਾਂਦੇ ਹੋ ਬਹਿ ਜਾ ਪੁੱਤ ਕਿਤੇ ਨਹੀਂ ਜਾਣਾ ਨਹੀਂ ਮੰਮੀ ਜੀ ਤੁਸੀਂ ਮੈਨੂੰ ਪੁੱਤ ਨਾ ਕਹੋ ਤੁਸੀਂ ਕਿਹੜੀ ਮੇਰੀ ਗੱਲ ਮੰਨਦੇ ਜੀ ਕਿਉਂ ਪੁੱਤ ਜਵਾਈ ਵੀ ਤੇ ਪੋਤੀ ਹੁੰਦੇ ਆ ਮੰਮੀ ਜੀ ਜਵਾਈ ਪੁੱਤ ਹੁੰਦੇ ਆ ਤਾਂ ਨੋਆ ਕਰਦੀਆਂ ਧੀਆ ਕਿਉਂ ਨਹੀਂ ਹੁੰਦੀਆਂ ਨਾ ਮੰਮੀ ਜੀ ਦੋ ਮੇਰੀ ਗੱਲ ਦਾ ਜਵਾਬ ਹੁਣ ਮੰਮੀ ਜੀ ਇਹਨਾਂ ਦੀ ਗੱਲ ਬਿਲਕੁਲ ਸਹੀ ਆ ਮੈਂ ਵੀ ਇਹਨਾਂ ਨਾਲ ਸਹਿਮਤ ਆ ਧੀਏ ਤੂੰ ਵੀ ਹਾਂਜੀ ਮੰਮੀ ਮੈਂ ਵੀ ਪਰ ਕਾਸ਼ ਇਹ ਗੱਲ ਮੈਂ ਪਹਿਲਾਂ ਸਮਝ ਗਈ ਹੁੰਦੀ ਕਿ ਪੇਕੇ ਕੱਲੇ ਮਾਮਾ ਨਾਲ ਨਹੀਂ ਹੁੰਦੇ ਭਰਾ ਪਰਜਾਈਆਂ ਨਾਲ ਵੀ ਹੁੰਦੇ ਆ ਪੈਣ ਕਿਰਨ ਵਰਗੀ ਨਾ ਤੈਨੂੰ ਦੀਵਾ ਲੈ ਕੇ ਵੀ ਨਹੀਂ ਮਿਲਣੀ ਹੋਰ ਨਾਵ ਨਿਤ ਤੱਕਲੇ ਚੰਗਾ ਨਹੀਂ ਹੁੰਦਾ ਲੋਕ ਆਂਡ ਗਵਾਂਡ ਤਮਾਸ਼ਾ ਵੇਖਦੇ ਆ ਹਾਂ ਪੈਣ ਮੈਂ ਤੇ ਇਹ ਗੱਲ ਕਰੀ ਸਮਝੀ ਨਹੀਂ ਕਿ ਕਿਰਨ ਵੀ ਮੇਰੀ ਧੀ ਆ ਮੈਂ ਤੇ ਇਹ ਸੋਚਦੀ ਰਹੀ ਕਿ ਕਿਰਨ ਕਿਤੇ ਘਰ ਦੀ ਮਾਲਕਣ ਨਾ ਬਣ ਜੇ ਰੁਕੋ ਮੰਮੀ ਤੁਹਾਡੀ ਮੈਂ ਇਹ ਗਲਤਫਹਿਮੀ ਦੂਰ ਕਰਦਾ ਵਾਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਘਰ ਦੀ ਮਾਲਕਣ ਕੌਣ ਸੀ ਮੇਰੀ ਸੱਸ ਆ ਹੀ ਪੁੱਤ ਹੋਰ ਕੌਣ ਆ ਹੀ ਮਾਲਕਣ ਹਾਂਜੀ ਮੰਮੀ ਹੁਣ ਤੁਸੀਂ ਮਾਲਕਣ ਜਿਸ ਦਿਨ ਕਿਰਨ ਸੱਸ ਬਣ ਗਈ ਫਿਰ ਉਹਨੇ ਹੀ ਮਾਲਕਣ ਮੰਨਣਾ ਨਾ हां पोते ये गल ਤੇ ਤੇਰੀ ਵਾਲੀ ਸਹੀ ਆ ਕਿਰਨ ਪੁੱਤ ਮੈਨੂੰ ਮਾਫ ਕਰ ਦੇ ਮੈਂ ਤੇ ਐਵੇਂ ਤੈਨੂੰ ਗਲਤ ਸਮਝਦੀ ਰਹੀ ਨਹੀਂ ਮੰਮੀ ਜੀ ਇਹ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਮੇਰੀ ਮਾਂ ਜੇ ਤੇ ਮਾਂਵਾ ਕਦੀ ਮਾਫੀ ਨਹੀਂ ਮੰਗਦੀਆਂ ਹੁੰਦੀਆਂ ਭਾਬੀ ਜੀ ਮੈਨੂੰ ਵੀ ਮਾਫ ਕਰ ਦੋ ਮੈਂ ਐਵੇਂ ਤੁਹਾਡੇ ਖਿਲਾਫ ਮੰਮੀ ਦੇ ਕੰਨ ਭਰਦੀ ਰਹੀ ਕੋਈ ਗੱਲ ਨਹੀਂ ਦੀਦੀ ਜੀ ਤੁਸੀਂ ਮਾਫੀ ਨਾ ਮੰਗੋ ਪੀਰ ਜੀ ਤੁਸੀਂ ਵੀ ਮੈਨੂੰ ਮਾਫ ਕਰ ਦੋ ਮੈਂ ਵੀ ਕਦੇ-ਕਦੇ ਤੁਹਾਡੇ ਨਾਲ ਗਲਤ ਬੋਲਦਾ ਰਿਆਂ ਕੋਈ ਗੱਲ ਨਹੀਂ ਕਿ ਮਾੜੀਆਂ-ਮੋਟੀਆਂ ਗੱਲਾਂ ਕਰਦੇ ਵਿੱਚ ਹੋ ਜਾਂਦੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਹਾਂਜੀ ਮੰਮੀ ਜੀ ਹੁਣ ਦੱਸੋ ਫਿਰ ਘਰ ਦੀ ਮਾਲਕਨ ਕੌਣ ਕਿਰਨਾਂ ਹਾਂਜੀ ਦੋਸਤੋ ਸੋ ਤੁਹਾਨੂੰ ਇਹ ਸਾਡੀ ਘਰ ਦੀ ਮਾਲਕਨ ਸੀਰੀਜ਼ ਜਿਹੜੀ ਆ ਕਿਦਾਂ ਦੀ ਲੱਗੀ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਲਈ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਕਿ ਘਰ ਦੇ ਵਿੱਚ ਹਮੇਸ਼ਾ ਸਾਨੂੰ ਬੜੇ ਹੀ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਆ ਤੇ ਬਾਕੀ ਆਪਾਂ ਕੋਈ ਇੱਕ ਦੂਜੇ ਨਾਲ ਲੜਦੇ ਨਹੀਂ ਹਾਂ ਕਿ ਤੁਹਾਡੇ ਸਾਹਮਣੇ ਕਿਰਨ ਬੈਠੀ ਹੈ ਤੁਹਾਡੇ ਸਾਹਮਣੇ ਮੰਮੀ ਬੈਠੀ ਆ ਉਹ ਸਿਰਫ ਆਪਾਂ ਇੱਕ ਫਿਲਮ ਦੇ ਵਿੱਚ ਐਕਟਿੰਗ ਕਰਦੇ ਆ ਤੁਹਾਨੂੰ ਸਮਝਾਉਣ ਦੀ ਖਾਤਰ ਤੇ ਇਦਾਂ ਦਾ ਸਾਡਾ ਕੋਈ ਮਕਸਦ ਨਹੀਂ ਹੁੰਦਾ ਕਿ ਤੁਹਾਨੂੰ ਕਿਸ ਤਰੀਕੇ ਦੇ ਨਾਲ ਆਪਾਂ ਗਲਤ ਪੇਸ਼ ਕਰੀਏ ਕਿ ਆਪਾਂ ਗਲਤ ਵੀਡੀਓ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਆ ਜੀ ਆਪਣੀ ਪੂਰੀ ਸਟੋਰੀ ਤੇ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਇੱਕ ਵਾਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਚਲੋ ਠੀਕ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ